ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਕਾਂ ਵਾਲੀ ਸਕਾਂ ਵਾਲੀ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹਦੇ ਨੇੜੇ ਦੋਸਤੋ ਜਿਹੜੇ ਪਿੰਡ ਹੈ ਉਹਦੇ ਵਿੱਚ ਡੋਕ ਭੰਗੇਆਲਾ ਇਧਰਲੇ ਪਾਸੇ ਦੇ ਪਿੰਡ ਜਾਂ ਲਬਾਣੇ ਵਾਲੀ ਸੰਗਰਾਣਾ ਬਰੀ ਆਲਾ ਮੰਡੀ ਵੀ ਕੋਈ ਬਹੁਤਾ ਇਥੋਂ ਦੂਰ ਨਹੀਂ ਹੈ ਮਸ਼ਹੂਰ ਪਿੰਡ ਦੋਸਤੋ ਪੰਜਾਬ ਦੇ ਜਿਹੜੇ ਸੋਹਣੇ ਪਿੰਡਾਂ ਚ ਜਿਹਦੀ ਗਿਣਤੀ ਆਉਂਦੀ ਹੈ ਸਕਾਂ ਵਾਲੀ ਪਿੰਡ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇੱਥੇ ਬਾਈ ਹੋਰੀ ਆਮ ਫਾਰਮਰ ਹੈ ਖੇਤੀਬਾੜੀ ਦਾ ਕੰਮ ਹੈ ਤੇ ਇਹਨਾਂ ਨੇ ਆਪਦੇ ਬਾਹਨ ਚ ਜਿਹੜੀ ਮੱਕੀ ਬੀਜੀ ਸੀ ਉਹਦਾ ਸਾਇਲੇਜ ਜਿਹੜਾ ਉਹ ਪੈਕ ਕਰਕੇ ਰੱਖ ਲਿਆ ਕਾਫੀ ਮਾਤਰਾ ਦੇ ਵਿੱਚ ਤੁਸੀਂ ਇਸ ਟਾਈਮ ਇਹ ਜਿਹੜੇ ਉਹ ਥੈਲੇ ਦੇਖ ਰਹੇ ਹੋ ਜਿਹੜੇ ਸਾਇਲੇਜ ਦੇ ਪੈਕ ਕੀਤੇ ਹੋਏ ਆ ਤੇ ਇਹ ਵੇਚਣਾ ਹੈ ਇਹਦੇ ਸਬੰਧੀ ਆਪਾਂ ਜਾਣਕਾਰੀ ਲਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਸਾਇਲੇਜ ਦੀ ਲੋੜ ਹੈ ਮੱਕੀ ਦਾ ਆਚਾਰ ਜਿਹੜਾ ਵੀਰ ਵਰਤਣਾ ਚਾਹੁੰਦਾ ਇੱਕ ਬੇਨਤੀ ਹੈ ਵੀ ਕਿਉਂਕਿ ਟਾਈਮ ਹੋ ਗਿਆ ਪੈਕ ਹੋਏ ਨੂੰ ਤੇ ਇਹਨੂੰ ਆ ਕੇ ਦੇਖਣਾ ਇਹਦੀ ਕੁਆਲਿਟੀ ਚੈੱਕ ਕਰਨਾ ਉਹ ਤੁਹਾਡਾ ਕੰਮ ਹੈ ਸੋ ਤੁਸੀਂ ਆ ਕੇ ਆਪਣੀ ਸਮਝ ਨਾਲ ਦੇਖ ਕੇ ਖਰੀਦ ਸਕੋਗੇ ਨੰਬਰ ਸਕਰੀਨ ਉੱਤੇ ਚੱਲਦੇ ਰਹਿਣਗੇ ਆਓ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਦੋਸਤੋ ਬੇਸਿਕ ਇਨਫੋਰਮੇਸ਼ਨ ਇਹਨਾਂ ਸੰਬੰਧੀ ਆਪਾਂ ਲੈਣੇ ਆ ਤੇ ਨਾਲ ਵੀਡੀਓ ਦੇ ਵਿੱਚ ਸਾਇਲੇਜ ਦਾ ਰੇਟ ਵੀ ਜਿਹੜਾ ਉਹ ਜ਼ਰੂਰ ਪੁੱਛਿਆ ਜਾਊਗਾ ਬਾਈ ਸਤਿ ਸ਼੍ਰੀ ਅਕਾਲ ਨਸੇ ਗਾਲ ਜੀ ਨਾਮ ਆਪਣਾ ਦੱਸੋ ਵੀ ਕੁਲਦੀਪ ਸਿੰਘ ਜੀ ਕਲਦੀਪ ਭਾਈ ਸਾਇਲੇਜ ਜਿਹੜਾ ਪੈਕ ਕੀਤਾ ਹੈ ਹਾਂਜੀ ਇਹ ਕੋਈ ਮਤਲਬ ਵੈਸੇ ਪ੍ਰੋਫੈਸ਼ਨਲ ਸਾਇਲੇਜ ਦਾ ਕੰਮ ਕਰਨ ਲੱਗੇ ਸੀ ਜਾਂ ਆਪਦੀ ਮੱਕੀ ਜਿਹੜੀ ਵੱਧ ਸੀਗੀ ਤੇ ਉਹਦਾ ਪੈਕ ਕਰ ਲਿਆ ਨਹੀਂ ਨਹੀਂ ਆਪਦੀ ਮੱਕੀ ਸੀਗੀ ਅੱਛਾ ਤੇ ਵੱਧ ਕਰਕੇ ਆਪਦੇ ਪੈਕ ਕਰ ਲਿਆ ਅੱਛਾ ਕਿੰਨੇ ਕਿੱਲਿਆਂ ਦਾ ਪੈਕ ਕੀਤਾ ਸੀ ਭਾਈ ਇਹ 20 ਏਕੜ ਦਾ ਹੈਗਾ ਜੀ 20 ਏਕੜ ਦਾ ਹਾਂਜੀ ਵੈਰੈਟੀ ਕਿਹੜੀ ਬੀਜੀ ਸੀ ਇਹ 1844 ਸੀ ਜੀ 1844 ਹਾਂਜੀ ਅੱਛਾ ਇਹ ਝੋਨਾ ਵੱਢ ਕੇ ਮੱਕੀ ਬੀਜੀ ਸੀ ਜਾਂ ਕੋਈ ਹੋਰ ਫਸਲ ਲਈ ਸੀਗੀ ਉਹ ਤੋਂ ਬਾਅਦ ਵਾਲੀ ਮੱਕੀ ਹੈ ਨਹੀਂ ਸਰੋਂ ਵੱਢ ਕੇ ਹੀ ਬੀਜੀ ਅੱਛਾ ਸਰੋਂ ਵੱਢਣ ਤੋਂ ਬਾਅਦ ਆਪਾਂ ਮੱਕੀ ਬੀਜ ਲਈ ਸੀ ਹਾਂਜੀ ਹ ਠੀਕ 1844 ਦਾ ਸਾਰਾ 1844 ਦਾ ਹਾਂਜੀ ਹਾਂਜੀ ਇੱਕੋ ਹੀ ਵੈਰੈਟੀ ਹੈ ਜੀ ਇੱਕੋ ਵੈਰੈਟੀ ਹੈ ਹਾਂਜੀ ਅੱਜ ਆਪਾਂ ਇਹ ਵੇਚਣ ਵਾਸਤੇ ਇਹਦੀ ਵੀਡੀਓ ਬਣਾ ਰਹੇ ਹਾਂ ਇਹ ਤੋਂ ਪਹਿਲਾਂ ਫਿਰ ਵੈਸੇ ਵੀ ਕੁਝ ਸੇਲ ਕਰਤਾ ਹੂਗਾ ਵੈਸੇ ਕਰਤਾ ਸੀਗੇ ਲਈ ਜਾਂਦੇ ਲੋਕੀ ਅੱਛਾ ਲੋਕਲ ਲਈ ਜਾਂਦੇ ਹਾਂ ਲੋਕਲ ਲਈ ਜਾਂਦੇ ਵੇਟ ਅੰਦਾਜ਼ਾ ਇਹ ਗੱਠ ਦਾ ਕੀ ਰਿਹਾ ਇਹ ਦਾ 40 ਤੋਂ 50 ਦੇ ਵਿੱਚ ਹੈਗਾ ਜੀ 40 ਤੋਂ 50 ਹਾਂਜੀ ਕੱਲੀ ਕੱਲੀ ਅਲੱਗ ਤੋਂ ਤੋਲ ਲੈਨੇ ਫਿਰ ਹਾਂਜੀ ਹਾਂਜੀ ਠੀਕ ਐ ਅੱਛਾ ਭਾਈ ਜਿਹੜਾ ਵੀਰ ਖਰੀਦਣੀ ਚਾਹੁੰਦਾ ਮੰਨ ਲਓ ਕਿਸੇ ਨੇ ਕਿਰਾਂ ਕੁਆਲਿਟੀ ਚੈੱਕ ਕਰਨੀ ਐ ਇੱਕ ਲੈ ਜਾਵੇ ਗੱਠਾਂ ਦੋ ਲੈ ਜੇ ਉਹ ਸਾਬ ਤੇ ਮਿਲ ਜਾਣਗੇ ਉਹਨੂੰ ਹਾਂਜੀ ਹਾਂਜੀ ਠੀਕ ਐ ਬਾਕੀ ਬਾਅਦ ਤੋਂ ਬਾਅਦ ਕੁਆਂਟੀਟੀ ਦਾ ਜਿੰਨੀ ਮਰਜ਼ੀ ਲੈ ਲੇ ਜਿੰਨੀ ਮਰਜ਼ੀ ਲੈ ਲੇ ਠੀਕ ਐ ਕਿੰਨੀ ਕਿ ਗੱਠ ਐ ਇਸ ਟਾਈਮ ਅੰਦਾਜ਼ਾ ਇੱਥੇ ਪਈ ਹੋਈ ਹੈ ਹੀ ਐ 2000 ਦੇ ਲਗਭਗ 2000 ਬੇਲ ਐ ਇਸ ਟਾਈਮ ਪਈ ਹੋ ਅੱਛਾ ਟਾਈਮ ਹੋ ਗਿਆ ਭਾਈ ਜਿਵੇਂ ਹੁਣ ਜਿਹੜਾ ਉਹ ਸਾਇਲੇਜ ਪੈਕ ਕੀਤੇ ਇਹਨੂੰ ਵੀ ਹਾਂਜੀ ਕਈ ਵਾਰ ਕੋਈ ਗੱਠ ਜਿਹੜੀ ਆ ਉਹਨੂੰ ਕੋਈ ਤੁੰਬ ਲੱਗ ਜਾਂਦੀ ਐ ਹਾਂਜੀ ਹਾਂਜੀ ਤਾਂ ਉਹ ਮਤਲਬ ਅਲੱ ਆਉਂਦੀਆਂ ਲਿਆ ਸਕਦਾ ਜਾਂ ਹਾਂਜੀ ਹਾਂਜੀ ਉਹ ਅਲੱਗ ਕੱਟ ਦੇ ਦਈਏ ਠੀਕ ਹੈ ਤੇ ਕਈ ਵਾਰ ਕੋਸਰ ਡੇਰੀ ਫਾਰਮਰ ਇਦਾਂ ਦੇ ਵੀ ਹੁੰਦੇ ਆ ਉਹਨਾਂ ਨੂੰ ਤੁੰਬ ਵਾਲੀਆਂ ਗੱਠਾਂ ਨੂੰ ਪਸੰਦ ਆ ਜਾਂਦੀਆਂ ਵੀ ਥੋੜਾ ਬਹੁਤ ਉਹ ਲਾ ਕੇ ਸਿੱੜ ਦਿੰਦੇ ਆ ਹਾਂਜੀ ਉਹਦਾ ਰੇਟ ਉਸ ਹਿਸਾਬ ਤੇ ਫਿਰ ਮੌਕੇ ਤੇ ਕਰਾਂਗੇ ਹਾਂਜੀ ਹਾਂਜੀ ਉਹ ਮੌਕੇ ਤੇ ਕਰ ਲਾਂਗੇ ਵੈਸੇ ਕੀ ਰੇਟ ਰੱਖਿਆ 5 ਰੁਪਏ ਜੀ 5 ਰੁਪਏ ਕਿਲੋ ਦੇ ਹਿਸਾਬ ਤੇ ਯਾਨੀ 500 ਨੂੰ ਕੁਇੰਟਲ ਜਿਹੜਾ ਮਰਜ਼ੀ ਵੀਰ ਲੈ ਜੇ ਹਾਂਜੀ ਹਾਂਜੀ ਜੇ ਕੋਈ ਦੂਰ ਤੋਂ ਆਉਂਦਾ ਤੇ ਉਹਨੂੰ ਟਰਾਂਸਪੋਰਟ ਦਾ ਸਾਧਨ ਚਾਹੀਦਾ ਹੁੰਦਾ ਹਾਂਜੀ ਆਪਣੇ ਏਰੀਆ ਚੋਂ ਮਿਲ ਜਾਂਦੇ ਆ ਇਸ ਤਰ੍ਹਾਂ ਵੀ ਕਰ ਠੀਕ ਹੈ ਸੋ ਦੋਸਤੋ ਟਰਾਂਸਪੋਰਟ ਦਾ ਹਾਲ ਵਾਈ ਕਹਿੰਦਾ ਵੀ ਜੇ ਕੋਈ ਵੀਰ ਲਿਜਾਣਾ ਚਾਹੁੰਦਾ ਉਹ ਵੀ ਹੋ ਜਾਊਗਾ ਦੂਜੀ ਗੱਲ ਤੁਸੀਂ ਕੁਆਲਿਟੀ ਚੈੱਕ ਕਰ ਲਿਓ ਗੱਠਾ ਬਹੁਤ ਹੈ ਵਿੱਚੋਂ ਕਈ ਵਾਰ ਕਿਸੇ ਗੱਠ ਨੂੰ ਕੋਈ ਤੁੰਬ ਲੱਗ ਜਾਂਦੀ ਹੈ ਕੋਈ ਫਟ ਵੀ ਸਕਦੀ ਹੁੰਦੀ ਹੈ ਉਹ ਤੁਸੀਂ ਸਾਈਡ ਤੇ ਕੱਢ ਸਕਦੇ ਹੋ ਪਰ ਕੁਆਂਟੀਟੀ ਦੇ ਵਿੱਚ ਬਹੁਤ ਹੈ ਜਿੰਨਾ ਤੁਸੀਂ ਲਿਜਾਣਾ ਚਾਹੋ 5 ਰੁਪਏ ਰੇਟ ਰੱਖਿਆ ਤੇ ਸਾਰਾ ਹੀ 18 44 ਦਾ ਹੈ ਪੁਆਇਨਰ ਦੀ ਦੋਸਤੋ ਚੰਗੀ ਮੱਕੀ ਹੈ ਜਿਹਦਾ ਸਾਈਲੇਜ ਆਉਂਦਾ ਤੇ ਇਹ ਤਾਂ ਤੁਹਾਨੂੰ ਮੈਂ ਕੁਝ ਇੱਕ ਦੀ ਗੱਠ ਜਿਹੜੀ ਇੱਥੋਂ ਖੋਲ ਕੇ ਵੀ ਦਿਖਾਉਂਗਾ ਦਾਣੇ ਹਦੋਂ ਵਾਦ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਬਾਈ ਨਾਲ ਗੱਲਬਾਤ ਕੀਤੀ ਸੀ ਵੀ ਇਹਨਾਂ ਨੇ ਇਹ ਪੈਕ ਕਰਨ ਪਿੱਛੇ ਕੋਈ ਇਹ ਨਹੀਂ ਸੀ ਵੀ ਇਹਨੂੰ ਬਾਈ ਪ੍ਰੋਫੈਸ਼ਨ ਇਹਨਾਂ ਨੇ ਅੱਗੇ ਕੰਟੀਨਿਊ ਕਰਨਾ ਜਾਂ ਚਲਾਉਣਾ ਬਸ ਸਿਰਫ ਇਹ ਸੀ ਵੀ 18 ਕਿੱਲੇ 20 ਕਿੱਲੇ ਵਾਂਗੂ ਬਾਈ ਹੋਰਿਆਂ ਕੋਲ ਆਪਦੀ ਮੱਕੀ ਸੀ ਜਿਹਦਾ ਹੱਲ ਕੋਈ ਉਵੇਂ ਨਹੀਂ ਹੋਇਆ ਵੀ ਜਿਹੜਾ ਅੱਗੇ ਕਿਸੇ ਨੂੰ ਸਾਇਲੇਜ ਵਾਲੇ ਨੂੰ ਵੇਚ ਦਿੰਦੇ ਕਿਉਂਕਿ ਇਸ ਏਰੀਆ 'ਚ ਵੱਡੇ ਡੇਰੀ ਫਾਰਮ ਟਾਵੇਂ ਪਿੰਡਾਂ 'ਚ ਹੀ ਤਪਰੂਦਾ ਇੱਕੋ ਹੀ ਹੱਲ ਇਹਨਾਂ ਨੂੰ ਲੱਭਿਆ ਵੀ ਆਪਾਂ ਆਪਦੀ ਮਸ਼ੀਨ ਲਿਆਉਣੇ ਆ ਤੇ ਇਹਨੂੰ ਪੈਕ ਕਰਕੇ ਰੱਖ ਲੈਣੇ ਹਾਲਾਂਕਿ ਜਦੋਂ ਤੋਂ ਪੈਕ ਹੋਇਆ ਉਦੋਂ ਤੋਂ ਵਿਕ ਵੀ ਰਿਹਾ ਹੈ ਪਰ ਹੁਣ ਵੀਡੀਓ 'ਚ ਤੁਹਾਨੂੰ ਦਿਖਾ ਰਹੇ ਹਾਂ ਦੋਸੋ ਰੇਟ 5 ਰੁਪਏ ਹੈ ਦੂਰ ਤੋਂ ਆਓਗੇ ਜਿਆਦਾ ਕੁਆਂਟੀਟੀ ਲੈਣੀ ਹੈ ਤਾਂ ਵੀ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਕਿਉਂਕਿ ਆਮ ਫਾਰਮਰ ਹੈ ਉਹਦੇ 'ਚ ਕੋਈ ਸਮਾਨ ਤਣ ਵੀ ਹੋ ਜਾਂਦਾ ਹੁੰਦਾ ਹੈ ਤੇ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਵੀਰ ਨੂੰ ਕੋਈ ਤੁੰਬ ਵਾਲਾ ਗੱਟਾ ਜਿੱਦੇ 'ਚ ਕੋਈ ਥੋੜਾ ਬਹੁਤ ਸਾਈਲੇਜ ਜਿਹੜਾ ਉੱਥੋਂ ਖਰਾਬ ਨਿਕਲ ਸਕਦਾ ਹੁੰਦਾ ਹੈ ਉਦਾਂ ਦਾ ਵੀ ਜੇ ਤੁਸੀਂ ਖਰੀਦ ਦਿਓ ਤਾਂ ਉਹਦਾ ਰੇਟ ਵੀ ਅਲੱਗ ਤੋਂ ਹੋ ਜੂ ਪਰ ਤੁਸੀਂ 5 ਰੁਪਏ ਰੇਟ ਜਿਹੜੀ ਆ ਉਹਨੂੰ ਧਿਆਨ ਚ ਰੱਖ ਕੇ ਇੱਥੋਂ ਸਾਇਲੇਜ ਲਿਜਾ ਸਕਦੇ ਹੋ ਮੱਕੀ ਦਾ ਆਚਾਰ ਲਿਜਾ ਸਕਦੇ ਹੋ ਆਹ ਇੱਕ ਅੱਧੀ ਗੱਠ ਖੋਲਦੇ ਆਂ ਵੈਸੇ ਇੱਕ ਖੁੱਲੀ ਪਈ ਆ ਭਾਈ ਇਹਦੇ ਚੋਂ ਹੀ ਕੱਢੋ ਮੜਾ ਆ ਸੋ ਇਹ ਇੱਕ ਗੱਠ ਦੋਸਤੋ ਇੱਥੇ ਬਾਈ ਦਾ ਜਿਹੜਾ ਉਹ ਕੰਮ ਚੱਲਦਾ ਹੈ ਨਾਲ ਕੰਸਟਰਕਸ਼ਨ ਦਾ ਤੇ ਟਰੈਕਟਰ ਬਾਈ ਕਹਿੰਦਾ ਵੀ ਗੱਠ ਨਾਲ ਟੱਚ ਕਰ ਗਿਆ ਸੀ ਤੇ ਖੋਲ ਹੀ ਲਈ ਸੀ ਤੁਹਾਨੂੰ ਦਿਖਾ ਦਨੇ ਆ ਵੈਸੇ ਕੋਈ ਨਵੀਂ ਗੱਠ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਅੱਗਾ ਤੁਹਾਨੂੰ ਜਿਹੜਾ ਉਹ ਖੋਲ ਕੇ ਦਿਖਾ ਸਕੀਏ ਆ ਇਹ ਤੁਸੀਂ ਇਹਦੀ ਕੁਆਲਿਟੀ ਦੇਖ ਸਕਦੇ ਹੋ ਚੰਗੇ ਰੰਗ ਦੇ ਵਿੱਚ ਹੈ ਦਾਣਾ ਬਹੁਤ ਆ ਦੋਸਤੋ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਮੱਕੀ ਜਿਹੜੀ ਉਹ ਇਹਨਾਂ ਨੇ ਉਸ ਤਰੀਕੇ ਨਾਲ ਬੀਜੀ ਸੀ ਇਹ ਤੁਸੀਂ ਦਾਣੇ ਦੇਖ ਸਕਦੇ ਹੋ ਕ੍ਰੈਸ਼ ਹੋਇਆ ਦਾਣਾ ਵੀ ਹੈ ਜਿਹੜਾ ਸਾਫਤਾ ਦਿਸਦਾ ਉਹ ਵੀ ਇੱਕ ਸਾਈਡ ਉਹਦੀ ਕ੍ਰੈਸ਼ ਹੋਈ ਵੀ ਹੈ ਟੁੱਟਿਆ ਹੋਇਆ ਦਾਣਾ ਹੈ ਤੋਂ ਇਹ ਤੁਸੀਂ ਦੇਖ ਸਕਦੇ ਹੋ ਤੋਂ ਇਹ ਚੰਗੀ ਕੁਆਲਿਟੀ ਦਾ ਜਿਹੜਾ ਉਹ ਸਾਈਲੇਜ ਇਸ ਗੱਟੇ ਦੇ ਵਿੱਚੋਂ ਜਿਹੜਾ ਮੈਂ ਦੇਖ ਰਿਹਾ ਬਾਕੀ ਤੁਸੀਂ ਜਿਹੜਾ ਲੈ ਜਾਣਾ ਉਹਦੀ ਤਸੱਲੀ ਆਪ ਆ ਕੇ ਕਰਨੀ ਹੈ ਸੋ ਦੋਸਤੋ ਰੈਂਡਮਲੀ ਜਿਹੜੀ ਆਪਾਂ ਇੱਕ ਬੇਲ ਇਹਦੇ ਚੋਂ ਇੱਕ ਗੱਠ ਜਿਹੜੀ ਉਹ ਥੈਲਾ ਖੋਲਾਂਗੇ ਉਹ ਆਪਾਂ ਇਹ ਚੁਣ ਲੈਨੇ ਆ ਹਾਲਾਂਕਿ ਇਹ ਤੁਸੀਂ ਪਹਿਲਾਂ ਦੇਖ ਲਓ ਵੀ ਉਵੇਂ ਪਿਆ ਸੀ ਵੀਡੀਓ ਦੇ ਵਿੱਚ ਇਹਨੂੰ ਖੋਲਣਾ ਹੈ ਬਈ ਇਹੀ ਖਿਚ ਲੋ ਹਾਂ ਸੋ ਇਹ ਆਪਾਂ ਥੈਲਾ ਜਿਹੜਾ ਦੇਖ ਲਾਂਗੇ ਥੈਲਾ ਵੀ ਬਿਲਕੁਲ ਨਵਾਂ ਹੀ ਪਿਆ ਹੈ ਮਾਰਕਸ ਸੋ ਸੈਂਟਰੀ ਚੀਰ ਲੈਨੇ ਆ ਦੋਸਤੋ ਢੇਡ ਹੀ ਪਾੜਦਾ ਇਹਦਾ ਸੋ ਇਹ ਤੁਸੀਂ ਸਾਇਲਜ ਦੇਖ ਲਓ ਦੋਸਤੋ ਬਸ ਥੋੜੀ ਹਾਂ ਇਹ ਦੇਖ ਸਕਦੇ ਹੋ ਇਹਦੀ ਕੁਆਲਿਟੀ ਬਈ ਛੜਦੀ ਬਸ ਥੋੜਾ ਸਾਈਡਾਂ ਨੂੰ ਫੜਿਓ ਬਈ ਸੋ ਇਹ ਸਾਰਾ ਹੀ ਤੁਸੀਂ ਜਿਹੜਾ ਇਹਦਾ achar ਇਹਦੇ ਵਿੱਚ ਜਿਹੜਾ ਸਾਇਲਜ ਉਹ ਦੇਖ ਲਓ ਚੰਗੀ ਕੁਆਲਿਟੀ ਦਾ ਪਿਆ ਪੂਰਾ ਵਧੀਆ ਪਿਆ ਤੁਸੀਂ ਆ ਸਕਦੇ ਹੋ 5 ਰੁਪਏ ਰੇਟ ਰੱਖਿਆ ਪਰ ਇੱਥੇ ਆ ਕੇ ਦੇਖੋ ਗੱਲਬਾਤ ਕਰੋ ਜਿੰਨੀ ਕੁ ਮਾਤਰਾ ਚ ਤੁਸੀਂ ਲੈ ਜਾਣਾ ਸੋ ਇੱਕ ਵਾਰ ਰੇਟ ਕਨਫਰਮ ਹੈ 5 ਰੁਪਏ ਬਾਕੀ ਤੁਹਾਡੀ ਡੀਲ ਦੇ ਉੱਤੇ ਡਿਪੈਂਡ ਕਰੂਗਾ ਵੀ ਤੁਸੀਂ ਕਿੰਦਾ ਦੀ ਕੁਆਲਿਟੀ ਤੇ ਕਿੰਨਾ ਕੁ ਲਿਜਾਣਾ ਚਾਹੁੰਦੇ ਹੋ ਬਹੁਤ ਮਿਹਰਬਾਨੀ ਦੱਸੋ ਨੰਬਰ ਸਕਰੀਨ ਉੱਤੇ ਹੈ ਇਹਨਾਂ ਤੇ ਤੁਸੀਂ ਕਾਲ ਕਰੋ ਤੇ ਸੱਕਾਂ ਵਾਲੀ ਪੈਂਡ ਦੇ ਵਿੱਚੋਂ ਮੱਕੀ ਦਾ ਆਚਾਰ ਵਰਤਨਸਤੇ ਲਿਜਾ ਸਕਦੇ ਹਾਂ ਬਹੁਤ ਮਿਹਰਬਾਨੀ